ਸਤਿ ਜੀ ਸਾਰੇ ਭਰਾਵਾਂ ਨੂੰ ਸਵਾਗਤ ਆ ਅੱਜ ਦੇ ਨਵੇਂ ਵਲੌਗ 'ਚ। ਅੱਜ ਦੇ ਵਲੌਗ 'ਚ ਆਪਾਂ ਕਰਾਂਗੇ ਇੱਕ ਦੋ ਕੰਮ ਆਪਣੇ ਜਿਹੜੇ ਰਹਿੰਦੇ ਆ ਟਰੈਕਟਰਾਂ ਵਾਲੇ, ਅਤੇ ਮੇਨ ਕੰਮ ਆ ਅੱਜ ਆਪਾਂ ਵੱਢਾਂਗੇ ਕਣਕ। ਕਣਕ ਵੱਢਦੇ ਹਾਂ, ਕਰਦੇ ਹਾਂ ਤਿਆਰੀ, ਵਲੌਗ 'ਚ ਦਿਖਾਵਾਂਗੇ। ਨਾਲ ਦੀ ਨਾਲ ਮਸ਼ੀਨ ਆਈ ਖੜ੍ਹੀ ਆ ਖੇਤ, ਟਰਾਲੀ 'ਚੋਂ ਵੰਗੇ ਜੇ ਲਾਉਣ ਵਾਲੇ ਆ, ਲਾਉਂਦੇ ਹਾਂ ਟਰਾਲੀ 'ਤੇ, ਚੱਲਦੇ ਹਾਂ ਅੱਜ ਪਾਵਾਂਗੇ ਇਹਦੇ ਮਗਰ, ਆਪਣੇ ਮਗਰ ਝੋਟੇ ਮਗਰ ਟਰਾਲੀ ਦਿਖਾਉਂਦੇ ਹਾਂ ਤੁਹਾਨੂੰ ਵਲੌਗ ਨਾਲ ਦੀ ਨਾਲ। ਇਹ ਭੂਪਾ ਲੈ ਕੇ ਗਿਆ ਸੀ ਟਰਾਲੀ ਵਿਸਾਖੀ 'ਤੇ, ਵੰਗੇ ਲਾ ਲਈਏ, ਮੁੰਡਾ ਕਹਿੰਦਾ ਜਾਲੀ ਵੀ ਪਾੜ ਲਿਆ। ਹਾਂ ਅੱਜ ਘੱਟ ਪਾ ਲਾਂਗੇ ਥੱਲੋਂ ਗਿੱਲਾ ਵਾ। ਤਿਆਰੀ ਹੈ ਫਿਰ ਅੱਜ ਕਣਕ ਵੱਢਣ ਦੀ? ਅੱਜ ਵਾਲਾ ਬਲੌਕ ਕਰਾਂਗੇ ਥੋੜ੍ਹਾ ਜਿਹਾ ਲੰਬਾ। ਕਣਕ ਨੂੰ ਅੱਗੇ ਬਾਹਲਾ ਲੇਟ ਸੀ, ਅੱਗੇ ਮਸ਼ੀਨ ਵਾਲਾ ਖਰਾਬ ਕਰੀ ਗਿਆ ਕਈ ਦਿਨ, ਹੈ ਨਾ, ਰੋਜ਼ ਹੀ ਕੱਲ੍ਹ ਨੂੰ ਆਉਂਦਾ ਇਹਦੇ ਮਗਰ ਪਾਉਂਦੇ ਹਾਂ 26 ਫੁੱਟੇ, ਐਂਡ ਸੌ ਮਗਰ ਪਾਵਾਂਗੇ ਆਪਣੇ ਮਗਰ 16 ਫੁੱਟੀ। ਕਣਕ ਤਾਂ ਥੋੜ੍ਹੀ ਹੋਈ ਆ, ਟਰਾਲੀ ਨਾਲ ਤਾਂ ਇੱਕ ਵੱਡੀ ਨਾਲ ਇੱਕ ਛੋਟੀ ਨਾਲ ਵੀ ਸਰ ਜਾਣਾ ਸੀਗਾ, ਪਰ ਖੱਤੇ ਮੀਂਹ ਪਿਆ ਹੋਇਆ, ਖੱਤੇ ਗਿੱਲੇ ਆ, ਲੀਹਾਂ ਬਾਹਲੀਆਂ ਪੈਣਗੀਆਂ, ਤਾਂ ਕਰਕੇ ਟਰਾਲੀਆਂ 2-3 ਪਾਵਾਂਗੇ ਤਾਂ ਕਿ ਲੀਹਾਂ ਨਾ ਪੈਣ। ਓਕੇ ਆ, ਪੂਰਾ ਤੇਲ ਮੈਕਸੀਮਮ ਵਾਲੇ ਟੱਕ 'ਤੇ। ਜਦੋਂ ਟਰੈਕਟਰ ਕਈ ਦਿਨ ਖੜ੍ਹਾ ਹੁੰਦਾ ਨਾ, ਦੂਆ ਸਟਾਰਟ ਕਰਨ ਲੱਗੇ ਸਾਰੇ ਭਰਾ, ਮੋਲਲ ਜ਼ਰੂਰ ਚੈੱਕ ਕਰਿਆ ਕਰੋ। ਕਈ ਵਾਰ ਹੁੰਦਾ ਆਪਾਂ ਮੋਲਲ ਚੈੱਕ ਨਹੀਂ ਕਰਦੇ, ਘਟਿਆ ਹੁੰਦਾ ਆ, ਫਿਰ ਟਰੈਕਟਰ ਕੋਈ ਪ੍ਰੋਬਲਮ ਦਿੰਦਾ। ਅਤੇ ਆ ਜਾਓ ਚੱਲਦੇ ਆ ਟਰੈਕਟਰ 'ਤੇ। ਇਹਦੀ ਵੀ ਟਰੈਕਟਰ ਦੀ ਤੁਹਾਨੂੰ ਬਣਾਵਾਂਗੇ ਇੱਕ ਦਿਨ ਡਿਟੇਲ ਵੀਡੀਓ, ਵਲੌਗ ਤੋਂ ਅੱਡ ਬਣਾਵਾਂਗੇ ਇਹਦੀ ਵੀਡੀਓ ਸਾਰੀ ਵੀ, ਕਿਵੇਂ ਚੱਲਦਾ ਟਰੈਕਟਰ, ਕੀ ਫੰਕਸ਼ਨ ਆ, ਕੀ ਕੁਛ ਹੈ ਇਹ 'ਚ। ਡਰਾਈਵਰ ਹੈ ਨਹੀਂ ਇਹਦੇ ਮਗਰ, ਡਰਾਈਵਰ ਲਿਆਈਏ, ਡਰਾਈਵਰ ਪਾਈਏ, ਟਰਾਲੀ ਪਾਈਏ, ਡਰਾਈਵਰ ਪਾ ਕੇ ਡਰਾਈਵਰ ਕੱਢ ਕੇ ਰੱਖੀ ਹੋਈ ਆ, ਡਰਾਈਵਰ ਪਾਈਏ ਲਿਆ ਕੇ ਇਹਦੇ ਮਗਰ। ਲਓ ਵੀ ਮਤਲਬ ਪਾ ਲਿਆਂਦੀ ਟਰਾਲੀ, ਚੱਲੀਏ ਖੇਤ ਨੂੰ, ਟਾਈਮ ਲੈਸ ਵਿੱਚ ਹੀ ਦਿਖਾਵਾਂਗੇ ਖੇਤ ਪਹੁੰਚਦੇ ਤੁਹਾਨੂੰ, ਫਾਸਟ 'ਚ ਕੱਢੀਏ। ਬਾਲੀ ਔਖੀ ਨਿਕਲਦੀ ਆ ਮੋੜ ਤੋਂ ਟਰਾਲੀ, ਇਹ ਤਾਂ ਏਸੀ ਚਲਾ ਲਈਏ ਜਾਨ। ਤਕਰੀਬਨ
ਸਾਰਿਆਂ ਦੀ ਵੱਡੀ ਗਈ ਕਣਕ ਆਪਣੀ ਹੀ ਰਹਿੰਦੀ ਸੀ ਇੱਥੇ ਉਹ ਵੀ ਸਾਰਿਆਂ ਨੇ ਵੱਢੀ ਪਈ ਆ ਤਿਆਰੀ ਆ ਮੇਰ ਕਰੇ ਕਿਦਨ ਚੱਲਿਆ ਏ ਤੂੰ ਕਣਕ ਵਢਾਉਣ ਆਇਆ ਅੱਜ ਹੈ ਫਤਿਹ ਅੱਜ ਮੈਂ ਕਹੇ ਕਣਕ ਤੇ ਸਤਿ ਸ਼੍ਰੀ ਅਕਾਲ ਨਹੀਂ ਕੀਤੀਆਂ ਸਤਿ ਸ਼੍ਰੀ ਅਕਾਲ ਕਰੋ ਅਸੀਂ ਕਣਕ ਵੱਢਣੀ ਚਾਚੇ ਕੋਲ ਉਹ ਚੱਲੇ ਕੰਬਾਈਨ ਤੇ ਹੈ ਨਾ ਚਲੋ ਜੀ ਚਲੋ ਟਰਾਲੀ ਵੀ ਲੈ ਕੇ ਆਏ ਪਾਪਾ ਟਰਾਲੀ ਟਰਾਲੀ ਆਉਣਾ ਟਰੈਕਟਰ ਤੇ ਉੱਥੇ ਮੋਟਰ ਹੀ ਚਲੇ ਚੱਲੋ ਇਹ ਕੰਬਾਈਨਾਂ ਹੀ ਕੰਬਾਈਨਾਂ ਹੋਈਆਂ ਪਈਆਂ ਹੈ ਇੱਕ ਆਹ ਚੱਲਦੀ ਇੱਕ ਚੱਲਦੀ ਆ ਸਾਹਮਣੇ ਇੱਕ ਚੱਲਦੀ ਆ ਉਹ ਸੀ ਇੱਕ ਆ ਘਰਾਂ ਦੇ ਓਹਲੇ ਵੀ ਚੱਲਦੀ ਆ ਉੱਥੇ ਚਾਰ ਕੰਬਾਈਨਾਂ ਚੱਲਦੀਆਂ ਇਕੱਠੀਆਂ ਤੂੰ ਚਲਾਉਣੀ ਆ ਕੰਬਾਈਨ ਜਾਣਾ ਟਰੈਕਟਰ ਤੇ ਉਹ ਚਾਚਾ ਕਿੱਥੇ ਖੜਾ ਟਰੈਕਟਰ ਤੇ ਗਰਮੀ ਗਰਮੀ ਨੇ ਬੱਸ ਕਰਾਈ ਪਈ ਬਾਕੀ ਕਣਕਾਂ ਕੁਣਕਾਂ ਤਾਂ ਹਰੀਆਂ ਪਈਆਂ ਹਰੀਆਂ ਮਸ਼ੀਨਾਂ ਵੀ ਤਿੰਨ ਚੱਲਦੀਆਂ ਨੇ ਚਾਰ ਚਾਰ ਦੇ ਪਹਿਲਾਂ ਦਿਖਾਈਆਂ ਨੇ ਮੈਂ ਵੀਡੀਓ 'ਚ ਚਾਰ ਮਸ਼ੀਨਾਂ ਚੱਲਦੀਆਂ ਇਹ ਕਣਕ ਪਈ ਆ ਸੁੱਕੀ ਆ ਇਹ ਲਾਣ ਜਮਾਂ ਹਰਾ ਪਿਆ ਵਾ ਚਲੇਗੀ ਕਣਕ ਉੱਤੇ ਜਮਾ ਪੱਕੀ ਹੋਈ ਸੀ ਨਾੜ ਜਮਾ ਹੀ ਹਰਾ ਪਿਆ ਥੱਲੇ ਹਵਾ ਨੀ ਪਈ ਧੁੱਪ ਨੀ ਪਈ ਕਣਕ ਦੇਖ ਉੱਤੋਂ ਪੂਰੀ ਪੱਕੀ ਹੋਈ ਆ ਇਹਦੇ ਹੀ ਦੇਖੇ ਥੱਲੇ ਲਾਣ ਆਈ ਖਰਾ ਹੀ ਰਹਿਣਾ ਆ ਹੋਰ ਬੱਲੀਆਂ ਤਾਂ ਜਮਾ ਹੀ ਹੋ ਗਈਆਂ ਪਈਆਂ ਮੁੜ ਕੇ ਕਿਰਦੀਆਂ ਨੇ ਦੁਪਹਿਰ ਤੱਕ ਵੱਢ ਦਿਆਂਗੇ ਸਾਰੀ ਆਪਣੀ ਹਲੇ ਖੜੀ ਆ ਭੂਪਾ ਵੀ ਪਹੁੰਚਿਆ ਅੱਜ ਹੈ ਭੂਪੇ ਬੁਲਾ ਇਧਰ ਨੂੰ ਫਤਿਹ ਫਿਰ ਜੀ ਨੂੰ ਨਹੀਂ ਪਤਾ ਉੱਪਰ ਟਰੈਕਟਰ ਤੇ ਪਾਪਾ ਡੇਟ ਦਿੰਦੇ ਆ ਇੱਕ ਦਿਨ ਆਪਾਂ ਇਹਦਾ ਸ਼ਾਮ ਨੂੰ ਥੋੜਾ ਕੰਮ ਕੀਤਾ ਸੀ ਤੇ ਉਹਦੇ ਬਲੌਗ ਨਹੀਂ ਬਣਾਇਆ ਆਪਾਂ ਇਹਦਾ ਟਰੈਕਟਰ ਆਪਾਂ ਗੇਅਰ ਕਰਕੇ ਲਾਤਾ ਓਕੇ ਕਰਤਾ ਗੇਅਰ ਗੇਅਰ ਵੱਲੋਂ ਸਾਰਾ ਫਿੱਟ ਹੋ ਗਿਆ ਭੂਪੇ ਦੀ ਲਾਟ ਨਿਕਲੀ ਇੱਕ ਹੋਰ ਨਵੀਂ ਭੂਪੇ ਪਿੰਨ ਕਿੱਥੇ ਆ ਇਹਦੇ ਤੋਂ ਨਾ ਪਾਉਣ ਲੱਗੇ ਭੂਪੇ ਨੇ ਹੁਣ ਗੋਲੀਆਂ ਸੁੱਟਤੀਆਂ ਵਿੱਚ ਗੇਅਰ 'ਤੇ ਜਦੋਂ ਮੈਗਨੇਟਾਂ ਪਿੱਛੇ ਨੂੰ ਪਾ ਕੇ ਮੈਗਨੇਟ ਨਾਲ ਗੋਲੀਆਂ ਚੱਕੀਆਂ ਤਾਂ ਮੈਗਨੇਟ ਨਾਲ ਸਟਾਰ ਵਾਲੀ ਪਿੰਨ ਵੀ ਬਾਹਰ ਆ ਗਈ ਹੱਥ ਥੱਲੇ ਪਈ ਹੋਣੀ ਦਿਖਾਈ ਭੂਪੇ
ਕਾਰ ਵਾਲੀ ਪਿੰਡ ਮਗਰ ਪਈ ਸੀ ਤੇ ਮੱਲਾ ਥੱਲੇ ਡਿੱਗੀ ਇੱਧਰ ਮਗਰ ਡਿੱਗੀ ਸੀ ਮਗਰ ਡਿੱਗੀ ਆ ਕਹਿੰ ਸਟਾਰ ਵਾਲੀ ਪਿੰਨ ਵੀ ਬਾਹਰ ਆ ਗਈ ਨਾਲ ਨਹੀਂ ਹੈ ਨਹੀਂ ਡਿੱਗੀ ਨਹੀਂ ਗਈ ਡਿੱਗੀ ਆ ਯਾਰ ਸਟਾਫ ਨਹੀਂ ਡਿੱਗੀ ਆ ਹੁਣੇ ਡਿੱਗੀ ਆ ਪਤਾ ਨਹੀਂ ਕਿੱਥੇ ਹਟਦੀ ਤੈਂ ਫਿਰ ਲੱਭ ਲੈਨੇ ਕੋਈ ਨਾ ਬਾਤ ਲੱਭ ਲੈਨੇ ਆ ਦੇ ਪਈ ਮੈਂ ਤਾਂ ਡਿੱਗੀ ਆ ਮਗਰ मडगाड वगैरा खोलने सारा खोल के क्राउन पिन कढ के फिर पिन पैनी है देखो नींद आऊगा स्प्लिट पिन बिच ही टुट गई इहदी घूम के ये बाहर डिग पी आ पिन नहीं रोकया होंगे बिचों बहर आने तो चल आओ उपे खोलो इन फिर मगर ला जानो ये रोटी रोटी दे के आने कंबाइन वाले की उत्थे वो भूपा रोन तैयार है रोक खाई इधर माड़ा जा तू नहीं दूंगा लॉटरी नंबर ਦਾ ਤੀਜਾ ਨਿਕਲ ਗਿਆ ਪੰਜਵਾ ਵਾ ਪੰਜਵਾ ਚੱਲ ਹਾਂ ਐਂਡਲ ਤੇ ਜਾ ਕੇ ਰੋਵਾਂਗੇ ਐਂਡਲ ਹੋਰ ਕੀ ਆ ਹਲੇ ਹੁਣ ਕੀ ਹਲ ਤੂੰ ਹੋਰ ਲੋਟਰੀ ਕਢਾਉਣ ਨੂੰ ਫਿਰਦਾ ਉਹਦੀ ਖੇਚਣ ਵਾਲੀ ਹੋ ਗਈ ਹੋਰ ਤਾਂ ਕੰਮ ਨਹੀਂ ਐਡਾ ਤਾਂ ਹਲੇ ਤਾਂ ਪੰਪ ਖੋਲਣਾ ਇਹਦਾ ਪੰਪ ਕਰਨਾ ਗੇਮ ਪਾਉਣੀ ਆ ਹਲੇ ਵੀ ਉਹ ਪ੍ਰੈਸ਼ਰ ਉਹ ਲਾਟਰੀ ਆ ਮੇਰੇ ਨਿਕਲ ਕੈਪਟਨ ਹਾਂ ਭਰਾ ਕੈਪਟਨ ਦੀ ਲਾਟਰੀ ਨਿਕਲ ਗਈ ਗੱਲ ਹੈ ਕੈਪਟਨ ਦੀ ਲਾਟਰੀ ਨਿਕਲ ਗਈ ਕੈਪਟਨ ਹੁਣੀ ਕਹਿੰਦੇ ਸਟੰਟਮੈਨ ਬਣਦੇ ਸੀ ਭੂਪੇ ਟ੍ਰੈਕਟਰ ਚੱਕ ਕੇ ਥੱਲੇ ਸੱਟਿਆ ਅਮੜਗਾੜ ਅਮੜਗੂੜ ਸਾਰੇ ਵਿੰਗੇ ਕਰਤੇ ਉਹਦੇ ਆਪਦੇ 53 ਦੇ ਐਲਟੀ ਦੇ ਹੈ ਓਏ ਇਹ ਬੜਾ ਜਾਨ ਹੀ ਬੜੀ ਆ ਕਲਾਸ ਛੱਡਿਆ ਹੀ ਉੱਠ ਖੜਿਆ ਮੂਰੇ ਦੇ ਥੱਲੇ ਡਿੱਗੇ ਸਾਹ ਵਿੰਗੇ ਕਰਤੇ ਵੀਡੀਓ ਪਾਉਣੀ ਆ ਦੇ ਦੀ ਵੀਡੀਓ ਦੇ ਵਲੌਗ ਚ ਪਾਉਣੀ ਆ ਦੇਖ ਲੈ ਓਏ ਜਾਲੀ ਕਿਵੇਂ ਪਾੜ ਗਈ ਉਹ ਜਾਲੀ ਇਹ ਉਹ 7 ਪਾਉਂਡ ਬੰਗੇ ਲਾਏ ਹੋਏ ਨੇ ਦੋ ਹਾਂ ਉਹਦੇ ਨਾੜ ਖੁੱਲ ਗਏ ਉਹ ਮਗਰ ਡਿੱਪਿਆ ਤੈਨੂੰ ਪਤਾ ਹੀ ਨਹੀਂ ਲੱਗਿਆ ਵੀ ਬੰਗੇ ਖੁੱਲ ਗਏ ਅੱਧੀ ਰਾਤ ਨੂੰ ਕੀ ਪਤਾ ਲੱਗਦਾ ਕਿ ਅੱਧੀ ਰਾਤ ਨੂੰ ਉਹਦਾ ਖੜਕਾ ਹੋਇਆ ਹੋਣਾ ਦਾ ਪੂਰਾ ਜਦੋਂ ਖੁੱਲ ਕੇ ਡਿੱਗਿਆ ਉਹ ਭਾਈ ਇਹ ਜਿਹਾ ਸੀ ਉਹ ਭਾਂਦਾ ਯਾਰ ਕੁੱਖਲੀਆਂ ਵਾਲਾ ਲੱਗਦਾ ਇਹ ਸਾਰੇ ਦੇ ਲੈ ਜੇ ਵੀ ਬੰਦੇ ਆ ਹਨਾ ਜਿਹਨੇ ਪਤਾ ਨਹੀਂ ਲੱਗਾ ਬੰਗੇ ਖੁੱਲ ਕੇ ਡਿੱਗੇ ਪਹਿਲਾਂ ਕੋਈ ਸੱਟੇ ਹੋਣ ਮਗਰ ਪਤਾ ਨਾ ਲੱਗੇ ਅੱਛਾ ਉੱਥੇ ਬੈਠਾ ਪਿਆ ਹੈ ਓਏ ਸਹੀ ਗੱਲ ਨਾ ਕੋ ਰਾਹ ਸੱਟਿਆ ਮੈਨੂੰ ਪਤਾ ਨਹੀਂ ਲੱਗੇ विसाखी गए गुरुद्वारे स्टोरी नहीं जिन मूसल दया हुई मेरी दस कोई मेरा विसाखी दी सी तू तेरी मूसे वाली दी पाईयां होईयां सीगियां मेरी दस कोई मेरा विसाखी दी सी तू तेरी मूसे वाली दी पाईयां होईयां सीगियां मेरी दस कोई मेरा विसाखी दी सी तू तेरी मूसे वाली दी पाईयां होईयां सीगियां मेरी दस कोई मेरा विसाखी दी सी तू तेरी नंदू वाली बोली ते आ गया हां जी हो गए वायरिंग हो रही है मिलदे हां कणक हाले खड़ी तू कहना वढ़नी मैं मडगाड़ बैंक मैं स्टंट वाली वीडियो मैं दे मैं पा दना लिहा प्रेशर बंदे तो टाइफाइड आले तों टाइफाइड आले तों प्रेशर लै गया फटे घरे छड्डिया दे भी लोड़ नहीं पैनी है ओए भी दो ट्रालियां सर जूगा फटे घरे छड्डिया दे सीगे कमेंट्री कुछ
ਜੀ ਬਾਈ ਜੀ ਆਪਾਂ ਟਰਾਲੀ ਪਾਏ ਆ ਵੱਡੀ ਫੋਟਾ ਆਪਾਂ ਸੋਚਿਆ ਸੀਗਾ ਦੋ ਟਰਾਲੀਆਂ ਸਾਚਾਂ ਕੇ ਮੁੜ ਸਰਿਆ ਨਹੀਂ ਫੱਟੇ ਘੜੇ ਪਿਆ ਸੀਗਾ ਆਪਾਂ ਫੱਟੇ ਲਿਆ ਕੇ ਪਾਏ ਆ ਦੇਖ ਲਓ ਤੁਹਾਡੇ ਸਾਹਮਣੇ ਆਪਾਂ ਠੀਕ ਆ ਨਾ ਹੋਰ ਬਾਈ ਜੀ गुरखे मगर इन्हों का कंबाइन चली गई है दूजे खेत नू अपने नू हाँ वह भी फुल हो गई एक डिग पा होर आ जमा ही नको नाका ले पाइए लिया पाइए है हाँ एक डिग पै सकता ही होर चलिए बस घर फिर चलो चलो तो दे चलो भी वड्डी एरी रह गई एक किला चल ले जाओ तो एक पास का नवेड़ लिया चलने घर घर लावे सवेरे करा मंडी खाली मंडी करा खाली सवेरे सारे ਇੱਦਾਂ ਜੇ ਹੁਣ ਗਏ ਇਹਦਾ ਤੋਲੀ ਨਹੀਂ ਜਾਣੀ ਹੈਗੀ ਬਾਅਦ ਐਵੇਂ ਰਾਤ ਕਟਾਉਣੀ ਹੈ ਬੰਦੇ ਦੀ ਆਪਣੀ ਰਾਤ ਕੱਟੀ ਹੈ ਉੱਥੇ ਸਵੇਰੇ ਸਾਰੇ ਚੱਲਾਂਗੇ ਸ਼ਾਮ ਨੂੰ ਤੋਲ ਕੇ ਵਿਹਲੇ ਇੱਕ ਉਹਨਾਂ ਨੇ ਕਿਹੜਾ ਕਿਲਾ ਰਿਹਾ ਇੱਕ ਸਵਾ ਕਿਲਾ ਰਹਿ ਗਿਆ ਆਪਣਾ ਉਹਨੂੰ ਵੀ ਵੱਢ ਲਈਏ ਘਰੇ ਲਾਉਂਦੇ ਹਾਂ ਟਰਾਲੀ ਇੱਦਾਂ ਪਾਉਣਾ ਨਹੀਂ ਹੁਣ ਟਰਾਲੀ ਪਾਉਣਾਗੇ ਜੇ ਲੋਟ ਇੱਕ ਪੈਂਦੇ ਆ ਤਾਂ ਇੱਕ ਟਰਾਲੀ ਹੋਰ ਮੰਗ ਲੈਂਦੇ ਹਾਂ ਘਰੇ ਔਖੀ ਵੜਦੀ ਆ ਇਹ ਸਹੀ ਗੱਲ ਹੈ ਮੋੜ ਔਖਾ ਹੀ ਲੱਗੂਗੀ ਹਾਂ ਸਵੇਰੇ ਵੀ ਮਸਾਂ ਹੀ ਲੰਘੀ ਆ ਅੱਗੇ ਵਾਲੇ ਨੂੰ ਲੰਘਾਉਣੀ ਪੈਣੀ ਆ ਉੱਧਰ ਹਾਂ ਉੱਧਰ ਕੇ ਨਾਲ ਹੋ ਕੇ ਲੰਘਾਉਣੀ ਪੈਣੀ ਆ ਪਿੱਛੇ ਵੀ ਦੱਸਣਾ ਪੈਣਾ ਆਉਂਦਾ ਪਰ ਨਹੀਂ ਆਉਂਦਾ ਸਹੀ ਗੱਲ ਹੋਰ ਤੁਹਾਨੂੰ ਤਾਂ ਅੱਜ ਕਮੈਂਟ ਵੀ ਕੀਤਾ ਕਿੰਨਾ ਕਿੰਨਾ ਝਾੜ ਨਿਕਲਿਆ ਫਿਰ ਤੁਹਾਨੂੰ ਅਗਲੇ ਵਲੌਗ 'ਚ ਦੱਸਾਂਗੇ ਵੀ ਕਿੰਨੀ ਦੂਰੀ ਆ ਕਿੰਨਾ ਝਾੜ ਨਿਕਲਿਆ ਹਾਂ ਤੁਹਾਡੇ ਮੂਹਰੇ ਹੀ ਆ 15 ਕਿੱਲੇ ਸੀਗੇ 15 ਕਿੱਲਿਆਂ 'ਚੋਂ ਆਪਾਂ14 ਕਿੱਲਿਆਂ 'ਚੋਂ 1 ਛੱਬੀ ਫੁੱਟੀ ਫੁੱਲ ਹੋ ਗਈ ਉਹ ਚੈੱਕ ਰਹਿੰਦੇ ਆ ਦੋ ਵੱਡੇ ਕਪੈਣੇ ਆ ਇੱਕ ਐਂਡੇ ਡਿੱਗ ਪਊਗਾ ਮਤਲਬ ਕਿੱਲੇ 15 ਕਿੱਲਿਆਂ 'ਚੋਂ ਇੱਕ ਛੱਬੀ ਫੁੱਟੀ ਅਤੇ ਇੱਕ 16 ਫੁੱਟੀ ਆਹ ਮੋੜ ਬਹੁਤ ਔਖਾ ਬਣਾ ਆਪਣਾ ਜਮਾਂ ਹੀ ਨਾਲ ਖਹਿ ਕੇ ਨਿਕਲਦੀ ਆ ਵੀਰੇ ਟਰਾਲੀ ਦੇਖੋ ਆਉਣ ਦੇ ਵੀਰੇ ਬਹੁਤ ਔਖਾ ਕੂੜਾ ਵੀਰੇ ਇਹ ਇੱਕ ਬਾਈ ਭੂਪਾ ਤੇ ਮਾਘੀ ਵੀ ਕੱਢ ਸਕਦੇ ਆ ਇੱਥੋਂ ਦੀ ਟਰਾਲੀ ਹੋਰ ਕਿਸੇ ਤੋਂ ਨਹੀਂ ਨਿਕਲਦੀ
ਦਾ ਪੂਰੀ ਉਮੀਦ ਹੈ ਕਰਦਾ ਹੈ ਨੀਗਾ ਅਰੇ ਘਰੋਂ ਕੰਮ ਕਰਨ ਆਉਂਦਾ ਇੱਥੇ ਆ ਕੇ ਸੁੱਤਾ ਰਹਿੰਦਾ ਸਾਰੀ ਰੜੀ ਲੈ ਹੈ ਓਏ ਆਪਾਂ ਇਹਨੂੰ ਕਹੇ ਇਹ ਮੜਗਾੜ ਮੜਗੂੜ ਖੋਲ ਲਾ ਨਾ ਤੋ ਤੈਨੂੰ ਕਹੇ ਮੜਗਾੜ ਟਾਇਰ ਮੈਂ ਕਿਹਾ ਮੈਂ ਤੈਨੂੰ ਕਹੇ ਇਹਨੂੰ ਕਿਹਾ ਵੀ ਮੜਗਾੜ ਮੜਗੂੜ ਲਾ ਲਾ ਟਾਇਰ ਲਾ ਲਾ ਇੱਕ ਮਿੰਟ ਓਏ ਤੋਤੇ ਮੈਂ ਇਹਨੂੰ ਕੀ ਕਹਿ ਗਿਆ ਸੀਗਾ ਕਹਿ ਗਿਆ ਨਾ ਮੜਗਾੜ ਲਾ ਲਾ ਆਪਦੇ ਟਾਇਰ ਲਾ ਲਾ ਕੀ ਤੂੰ ਤਿੰਨ ਜਣਾ ਤੁਸੀਂ ਸੀਗੇ ਇੱਥੇ ਅੰਦਰ ਲਵਾਉਣ ਨੂੰ ਚਾਹਤਾ ਮੈਂ ਕਿੱਥੋਂ ਆਉਂਦਾ ਹੁਣ ਘਰੋਂ ਆ ਕੇ ਸੁੱਤਾ ਰਹਿੰਦਾ ਇੱਥੇ ਮਾਲਕ ਨੇ ਤੈਨੂੰ ਤੇਰਾ ਗੇਅਰ ਇਕੱਠਾ ਕਰਕੇ ਤੇਰੇ ਆਉਂਦੇ ਨੂੰ ਕੀਤਾ ਪਿਆ ਜਿਹੜਾ ਤੂੰ ਮੇਰੇ ਕਰਦੀ ਤੇਰੀ ਵੀਡੀਓ ਹੁਣ ਘਰੇ ਵੀ ਪਹੁੰਚਣਾ ਚਾਹੀਦਾ ਨਾ ਵਲੌਗ ਤੂੜੀ ਕੋਈ ਨਾ ਹਲੇ ਬਣਾਵਾਂਗੇ ਕਣਕ ਝੋਨਾ ਕੱਦੂ ਕੁੱਦੂ ਕਰਕੇ ਬਣਾਵਾਂਗੇ ਤੂੜੀ ਹਾਂ ਲੋ ਵੀ ਮਿੱਤਰੋ ਨਿਬੜ ਗਿਆ ਕੰਮ ਕਣਕ ਦਾ ਤਾਂ ਆਪਣਾ ਸਾਰਾ ਵੱਢ ਲਿਆ ਇੱਥੇ ਵਾਲਾ ਵੀ ਕੀਲਾ ਪਰ ਕੀ ਉਹ ਇੱਥੇ ਅੱਧਾ ਕੁ ਕੀਲਾ ਸੀਗੇ ਜਾਊ ਆਪਣੇ ਆ ਘਰ ਦੇ ਬਾਹਰ ਹੀ ਚੱਲਦੀ ਹੈ ਕੰਬਾਇਨ ਦਿਖਾਉਂਦਾ ਇੱਕ ਮਿੰਟ ਇੱਕ ਉਹ ਭਰ ਗਈ ਭਰ ਲਈ ਉਹ ਫੁੱਲ ਨੱਕੋ ਨੱਕ ਕਾਹ ਭਰ ਲਈ ਬਾਕੀ ਦੇਖਦੇ ਹਾਂ ਐਸਟੀਮੇਟ ਕੀ ਹੋਊ ਝਾੜ ਤੁਸੀਂ ਕਰੋ ਐਸਟੀਮੇਟ ਕੀ ਝਾੜ ਹੋਊ ਇੱਕ 16 ਫੁੱਟੀ ਨੱਕੋ ਨੱਕ ਭਰ ਗਈ ਇੱਕ 26 ਫੁੱਟੀ 14.5 ਤੋਂ 15 ਕਿੱਲੇ ਸੀ 15 ਕਿੱਲੇ ਦੇ ਹਿਸਾਬ ਨਾਲ ਹੀ ਐਸਟੀਮੇਟ ਲਾ ਲਓ ਵੀ ਕਿੰਨਾ ਕੁ ਝਾੜ ਹੋਊਗਾ ਅਤੇ ਲੱਗੇ ਹੋਏ ਜੌਂ ਵੱਢਣ ਅਤੇ ਬਸ ਅੱਜ ਤਾਂ ਇਹੀ ਕੁਛ ਕਰ ਹੋਇਆ ਅੱਜ ਤਾਂ ਕਣਕ ਦਾ ਹੀ ਨਿਬੜਿਆ ਕੰਮ ਅਤੇ ਕੱਲ੍ਹ ਨੂੰ ਮਿਲਦੇ ਹਾਂ ਨਵੇਂ ਬਲੌਗ 'ਚ ਅੱਜ ਦਾ ਬਲੌਗ ਕਰਦੇ ਹਾਂ ਇੱਥੇ ਹੀ ਸਮਾਪਤ ਕੱਲ੍ਹ ਨੂੰ ਸਾਰੇ ਲੈ ਕੇ ਜਾਣੀ ਹੈ ਕਣਕ ਮੰਡੀ ਅਤੇ ਕੱਲ੍ਹ ਨੂੰ ਬਣਾਵਾਂਗੇ ਬਲੌਗ ਫਿਰ ਵੀਡੀਓ ਕਰਾਂਗੇ ਅਪਲੋਡ ਅਤੇ ਉਦੋਂ ਤੱਕ ਦੇ ਲਈ ਦਿਓ ਇਜਾਜ਼ਤ ਥੈਂਕ ਯੂ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਸਭ ਦਾ ਇੰਨਾ ਇੰਨਾ ਪਿਆਰ ਦੇ ਰਿਹਾ ਬਲੌਗਾਂ ਨੂੰ ਸਭ ਵੀਡੀਓ ਨੂੰ ਸਭ ਦਾ ਬਹੁਤ ਬਹੁਤ ਥੈਂਕ ਯੂ ਓਕੇ ਜੀ ਮਿਲਦੇ ਹਾਂ ਫਿਰ ਨਵੇਂ ਬਲੌਗ 'ਚ